ਚੱਲ ਛੱਡ, ਬਾਲੀਆਂ ਗੱਲਾਂ ਨਹੀਂ ਕਰੀਦੀਆਂ ਹੁੰਦੀਆਂ ਸੱਸਾਂ ਦੀਆਂ। ਮੈਂ ਸੁਣਿਆ ਜ਼ਿਆਦਾ ਗੱਲਾਂ ਕਰਨ ਨਾਲ ਇਹਨਾਂ ਦੀ ਉਮਰ ਵੱਧਦੀ ਆ। ਆ ਇਹਨਾਂ ਦੀ ਗੱਲਾਂ ਕਰ ਕਰਕੇ ਸਾਡਾ ਸਿਰ ਦੁਖਣ ਲੱਗ ਪਿਆ ਤੇ ਇਹਨਾਂ ਦਾ ਕੀ ਗਿਆ? ਚੱਲ ਠੀਕ ਹੈ, ਹਾਂ ਸੌਂ ਜਾ ਸੌਂ ਜਾ। ਕੋਈ ਸੁਪਨਾ ਆ ਜੇ ਪਰ ਸੱਸਦਾ ਨਾ ਆਵੇ। ਭੈਣ ਜੀ ਇਹ ਹੁੰਦੀ ਹੈ ਇਹੋ ਜਿਹੀਆਂ ਨੇ। ਨਹੀਂ ਨਹੀਂ ਅਮੀਰਾ ਕਿਉਂ ਜੀ, ਉਹ ਠੀਕ ਹੈ, ਬਸ ਤੂੰ ਇਹ ਸਮਝ ਕੇ ਦੂਸਰਾ ਮੁੰਡਾ ਜੰਮ ਕੇ ਤੂੰ ਆਪਣੇ ਆਪ ਤੇ ਅਹਿਸਾਨ ਕੀਤਾ। ਵਾਹਿਗੁਰੂ ਵਾਹਿਗੁਰੂ, ਅੱਲਾ ਰਹਿਮ ਕਰੇ। ਚੌਧਰੀ ਸਾਹਿਬ ਸੌਂ ਜਾਓ, ਕੋਈ ਵਾਹਿਗੁਰੂ ਵਾਹਿਗੁਰੂ ਕਰਕੇ ਸੌਂ ਗਿਆ, ਕੋਈ ਅੱਲਾ ਅੱਲਾ ਕਰਕੇ ਸੌਂ ਗਿਆ, ਸਾਰੀ ਦੁਨੀਆ ਸੁੱਤੀ ਪਈ ਜੀ। ਯਾਰ ਮੈਨੂੰ ਸਮਝ ਨਹੀਂ ਆਉਂਦੀ ਕਿ ਮੈਂ ਕਰਾਂ ਕੀ ਤੌਫੀਕ। ਨਿਕਾਹ ਤੜਾਓ, ਗੱਲ ਖਤਮ ਕਰੋ, ਸਾਰੀ ਦੁਨੀਆ ਆਰਾਮ ਨਾਲ ਸੁੱਤੀ ਪਈ, ਅਸੀਂ ਇਕੱਲੇ ਪਾਗਲ ਹੋ ਗਏ ਸੀ ਜਾਗ ਰਹੇ। ਉਹ ਯਾਰ ਉਹ ਲਾਇਲਪੁਰ ਤੋਂ ਲਿਆ ਕੇ ਇੱਥੇ ਵਸਾਏ ਨੇ, ਮੈਂ ਕਿਸ ਤਰ੍ਹਾਂ ਆਖਦਾ, ਮੇਰੇ ਅੱਬਾ ਹਜ਼ੂਰ ਤੇ ਯਾਰ ਸਨ। ਤੇਰਾ ਕਮਰਾ ਨਾ ਹੈ ਤਾਂ ਹੀ ਇੰਨਾ ਕਿਊਟ ਜਾ, ਆਪਾਂ ਇਹ ਕਮਰਾ ਦੇ ਚ ਨਹੀਂ ਲੈ ਕੇ ਜਾ ਸਕਦੇ ਉੱਧਰ? ਨਹੀਂ ਜੀ। ਕਿਸੇ ਨੇ ਸਹੀ ਕਿਹਾ, ਜਦੋਂ ਕਿਸੇ ਪੋਲੀਟੀਸ਼ੀਅਨ ਦੀ ਮੌਤ ਹੁੰਦੀ ਨਾ ਤੇ ਉਹ ਅਮਨ ਸ਼ਾਂਤੀ ਦੀਆਂ ਗੱਲਾਂ ਕਰਨ ਲੱਗ ਜਾਂਦਾ। ਕਿਸੇ ਨੂੰ ਕੋਈ ਗਾਣਾ ਗੁਣ ਆਉਂਦਾ? ਮੈਨੂੰ ਆਉਂਦਾ, ਮੈਨੂੰ ਆਉਂਦਾ। ਹੈ ਗਾਓ ਗਾਓ। ਹਾਂਜੀ ਸੁਣਾਓ ਜੀ। ਵੇ ਮੈਂ ਤੇਰੇ ਲੜ ਲੱਗੀ ਵੇ ਰਾਂਝਣਾ, ਹਾਲ ਤੂੰ ਹੀ ਕੱਢਦਾ ਹੈ ਨਾ ਵੇ ਰਾਂਝਣਾ, ਵੇ ਮੈਂ ਡੋਲੀ ਵਿੱਚੋਂ ਕੱਢੇ ਆਈ ਹੱਥ ਵੇ ਤੇਰੀ। ਉਹ ਬਸ਼ੀਰ ਬਦਰ, ਇਹ ਕਿਹੜੇ ਤੂੰ ਭਰਾ ਹੋਣ ਦੇ ਫਰਜ਼ ਨਿਭਾ ਰਿਹਾ, ਇਹ ਕਿਹੜੀਆਂ ਤੂੰ ਭਾਵੇਂ ਟਿਊਸ਼ਨਾਂ ਤੇ ਲਾਈਆਂ ਨੇ? ਜੀਜਾ ਹਜ਼ੂਰ ਆ ਜਾਓ, ਅੱਜ ਤੋਂ ਬਾਅਦ ਕੋਈ ਹਜ਼ਰਾਤ ਇੱਧਰ ਦੇਖ ਗਿਆ ਨਾ ਤੈਨੂੰ ਤਾਂ ਮੈਂ ਇਹ ਵੀ ਨਹੀਂ ਕਹਿ ਸਕਦਾ, ਹੁਣ ਅਸੀਂ ਤੇਰਾ ਨਿਕਾਹ ਕਰ ਦੇਣਾ ਤੇ ਤੂੰ ਤੇ ਉੱਧਰ ਤੇਰੇ ਅੱਬੇ ਨੂੰ ਦੰਦਲ ਪਈ ਹੈ, ਉਹਨੂੰ ਕੋਈ ਜੁੱਤੀ ਸੰਘਾਉਣ ਵਾਲਾ ਨਹੀਂ ਹੈ, 3 ਹਫ਼ਤਿਆਂ ਤੁਹਾਨੂੰ ਰੋਜ਼ ਦੰਦਲ ਪੈ ਰਹੀ, ਉਹਨੂੰ ਕੋਈ ਮੈਡੀਸਿਨ ਦਵਾ ਲਓ। ਵੇ ਮੈਂ ਤੇਰੇ ਨਾਲ ਲਾਈਆਂ ਵੇ ਢੋਲੂਆ,